ਲਾ ਜਾਓ ਤੁਸੀਂ ਹਾਂ ਪਰਮਿਸ਼ਨ ਲੈਣੀ ਹੋ ਤੁਸੀਂ ਲੈ ਜਾਓ ਮੈਂ ਕਹਿਣਾ ਚਾਹਣੀ ਆ ਕਿ ਜਿਵੇਂ 1913 ਦੇ ਵਿੱਚ ਜੋ ਹਾਲਾਤ ਸੀ ਕਿ ਸਾਡੇ ਬਰਤਾਨਵੀ ਸ਼ਾਸਨ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਨਾਲ ਸਲੂਕ ਕਰ ਰਿਹਾ ਸੀ, ਜਿਸ ਤਰ੍ਹਾਂ ਦੀਆਂ ਨੀਤੀਆਂ ਉਦੋਂ ਬਣੀਆਂ ਸੀ, ਤਾਂ ਗਦਰ ਲਹਿਰ ਜਿਹੜੀ ਹੈਗੀ, ਗਦਰ ਪਾਰਟੀ ਦੀ ਸਥਾਪਨਾ ਹੋਈ 1913 ਦੇ ਵਿੱਚ, ਤਾਂ ਬਹੁਤ ਸਾਰੇ ਗਦਰੀ ਆ ਜਿਹੜੇ ਉਹ ਪੰਜਾਬ ਤੋਂ ਵਿਦੇਸ਼ਾਂ ਵੱਲ ਗਏ। ਅੱਜ ਵੀ ਹਾਲਾਤ ਉਹੀ ਨੇ 1919 ਦੇ ਵਿੱਚ ਜਦੋਂ ਜਸਟਿਨ ਰੌਲਟ ਦੇ ਨਾਮ 'ਤੇ ਰੌਲਟ ਐਕਟ ਬਣਦਾ ਹੈ, ਜਿਹੜਾ ਜਿਹੜਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸੀ ਜਾਂ ਜਿਹੜੀਆਂ ਲੋਕਾਂ ਦੇ ਵਿਰੋਧੀ ਨੀਤੀਆਂ ਸਨ। ਤਾਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਹਾਲਾਤ ਬਦਲੇ ਨਹੀਂ ਹੈਗੇ, ਪਰ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੈ, ਭਾਵੇਂ ਉੱਥੋਂ ਦੇ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਨੇ ਜਿਹੜੀ ਇਹ ਧਾਰਾ 144 ਦੀ ਲਗਾ ਦਿੱਤੀ ਹੈ, ਪਰ ਇਹ ਸਾਡਾ ਪੰਜਾਬ ਸਟੂਡੈਂਟ ਯੂਨੀਅਨ ਦਾ ਅਤੇ ਨੌਜਵਾਨ ਭਾਰਤ ਸਭਾ ਦਾ ਇਤਿਹਾਸ ਰਿਹਾ ਕਿ ਜੋ ਪ੍ਰੋਗਰਾਮ ਅਸੀਂ ਉਲੀਕਿਆ ਅਸੀਂ ਉਸ ਨੂੰ ਪੂਰ ਚਾੜਾਂਗੇ, ਅਤੇ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠ ਕਰਾਂਗੇ ਅਤੇ ਆਪਣਾ ਜਿਹੜਾ ਪ੍ਰੋਗਰਾਮ ਆ ਮਿੱਥੇ ਸਮੇਂ ਅਤੇ ਮਿੱਥੇ ਟਾਈਮ 'ਤੇ ਜ਼ਰੂਰ ਕਰਾਂਗੇ। PSU ਅਤੇ NVS ਵੱਲੋਂ ਜੋ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਸਾਈਡ ਕੀਤਾ ਕਿ ਇੱਥੇ 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੋਣਗੇ, ਅਸੀਂ ਖੇਤੀ ਕਰਦੇ ਹਾਂ ਅਤੇ ਅਸੀਂ ਹਰ ਹਾਲਤ 'ਚ ਪਹੁੰਚਾਂਗੇ ਉੱਥੇ ਜੀ। ਸਾਨੂੰ ਪਹਿਲਾਂ ਜਦੋਂ ਇਹ ਐਲਾਨ ਹੋਇਆ ਕੱਲ੍ਹ ਦਾ ਕਿ ਉੱਥੇ ਅਸੀਂ ਨਹੀਂ ਸੁਣਾਉਣ ਦੇਵਾਂਗੇ, ਸਾਡੇ ਕੋਲ ਸਟੂਡੈਂਟਸ ਤੋਂ ਨੌਜਵਾਨਾਂ ਦੇ ਫੋਨ ਆ ਰਹੇ ਨੇ ਵੱਡੀ ਗਿਣਤੀ ਵਿੱਚ, ਅਸੀਂ ਚੱਲਣਾ ਹੁਣ ਹਾਲ ਦੇ ਵਿੱਚ, ਜੋ ਸਟੂਡੈਂਟ ਪਹਿਲਾਂ ਜਾਣ ਨੂੰ ਤਿਆਰ ਨਹੀਂ ਸੀ ਉਹਨੂੰ ਆਪਣੇ ਆਪ ਫੋਨ ਕਰ ਰਹੇ ਨੇ ਵੀ ਚੱਲਾਂਗੇ ਆਪ, ਕਿਉਂਕਿ ਪੰਜਾਬ ਦੀ ਜਵਾਨੀ ਹੈ। ਅੱਜ ਤੋਂ 100 ਸਾਲ ਪਹਿਲਾਂ ਵੀ ਇਹਨਾਂ ਨੇ ਅੰਗਰੇਜ਼ ਸਰਕਾਰ ਦੀ ਈਨ ਨਹੀਂ ਮੰਨੀ ਸੀ, ਉਦੋਂ ਵੀ ਇਕੱਠੇ ਹੋਏ ਸੀ ਅਤੇ ਅੱਜ ਵੀ ਇਕੱਠੇ ਹੋਣਗੇ ਜੀ। ਅਤੇ ਜੋ ਸਰਕਾਰ ਨੇ ਹੁਕਮ ਕੱਢਿਆ ਉੱਥੇ ਕਿ ਉੱਥੇ 5 ਤੋਂ ਬਾਅਦ ਇਕੱਠੇ ਨਹੀਂ ਹੋ ਸਕਦੇ ਹੈਗੇ, ਅਤੇ ਅੱਜ ਤੋਂ 100 ਸਾਲ ਪਹਿਲਾਂ ਵੀ ਇਹੀ ਹੁਕਮ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਦੱਸਿਆ ਜਾਂਦਾ ਕਿ 47 ਸਾਡਾ ਦੇਸ਼ ਆਜ਼ਾਦ ਹੋ ਗਿਆ, ਪਰ 100 ਸਾਲ ਬਾਅਦ ਵੀ ਕੋਈ ਆਜ਼ਾਦੀ ਨਹੀਂ ਆਈ ਹੈਗੀ। ਉਦੋਂ ਰੋਲ ਐਕਟ ਆਇਆ ਸੀ ਅਤੇ ਅੱਜ ਰੋਲ ਐਕਟ ਵਰਗੇ ਇੱਥੇ ਅਨੇਕਾਂ ਕਾਨੂੰਨ ਨੇ, ਅਪਸਪਾ ਜਿਵੇਂ ਕਿ ਅਮੀਸਾ, ਉਹ ਅਨੇਕਾਂ ਕਾਨੂੰਨ ਨੇ ਜੋ ਲੋਕਾਂ ਇਕੱਠੇ ਨੂੰ ਦੇਣਗੇ ਹੈਗੇ। ਅਤੇ ਪੰਜਾਬ ਸਰਕਾਰ ਨੇ ਪਿਛਲੀ ਵਾਰ ਕਾਨੂੰਨ ਲਿਆਉਂਦਾ ਸੀ ਇੱਕ ਨਿੱਜੀ ਪ੍ਰਾਈਵੇਟ ਸਰਕਾਰੀ ਨੁਕਸਾਨ ਰੋਕੂ ਜਾਇਦ ਕਾਨੂੰਨ, ਉਹ ਕਾਨੂੰਨ ਆਇਆ ਸੀ ਅਤੇ ਉਹ ਕਾਨੂੰਨ ਸੇਮ ਰੋਲ ਐਕਟ ਵਰਗਾ ਸੀ, ਪਰ ਪੰਜਾਬ ਦੇ ਲੋਕ ਨੇ ਆਵਾਜ਼ ਉਠਾਈ ਸੀ ਅਤੇ ਹੁਣ ਅਸੀਂ ਉੱਥੇ ਪਹੁੰਚਣਾ ਹੈ, ਭਾਵੇਂ ਸਰਕਾਰ 144 ਲਾਵੇ ਭਾਵੇਂ 288 ਲਾਵੇ ਜੀ, ਪੂਰਾ ਪੰਜਾਬ ਦਾ ਯੂਥ ਉੱਥੇ ਪਹੁੰਚੂਗਾ ਜੀ, ਜੋ ਮਰਜ਼ੀ ਉਹਦੇ ਪ੍ਰੋਗਰਾਮ ਜਿਹੜਾ ਹੋਣਾ।